अगर आपने हमारे चैनल को सब्सक्राइब नहीं किया है तो इसे सब्सक्राइब कर लें। अंतिम अरदास में कोई खर्च ना करें। मान बठिंडा शहर के समाज सेवक श्री कैप्टन गुरदास सिंह मान ने कहा कि आजकल जो इंसान की अंतिम अरदास होती है वह भी शादिया की तरह होने लग गई। परिवार द्वारा इतना खर्च किया जाता है कि बाद में वह मुसीबत का कारण बनता है, पर ऐसा नहीं करना चाहिए। अंतिम अरदास की गल है, जिस तरह जदों ही दुनिया साजी है उदों तो ही जन्म लैना बंदे ने, उहदी डैथ होनी, बाकी पिछे जो भी आपां करदे हैं उहदा क्रियाक्रम है ना, जो अपने समाज दे विच चलदा उह आपां नूं करना पैंदा। बट हुण की हो रहा है, हुण आपां नूं एक दूजे की रीस हो रही है। जे विआह दे विच किसे ने इन्ना पैसा लाता, उही हालात हुण जिहड़ा हैगा मरण दे भोगदे हो गए। हरेक बंदा ਇਹ ਚਾਹੁੰਦਾ ਹੈ ਵੀ ਮੈਂ ਇਹਨਾਂ ਨੇ ਮਰਨ 'ਤੇ ਇੰਨਾ ਖਰਚਾ ਕਰਿਆ, ਮੈਂ ਉਸ ਤੋਂ ਵੱਧ ਕਰਾਂ। ਹਾਲਾਂਕਿ ਇਹਦੀ ਸਥਿਤੀ ਕੁਛ ਹੋਰ ਹੁੰਦੀ ਹੈ, ਉਹ ਜਿਉਂਦੇ ਜੀ ਬੰਦੇ ਦੀ ਸੇਵਾ ਨਹੀਂ ਕਰ ਪਾਉਂਦੇ। ਔਰ ਕਈ ਤਾਂ ਮੈਂ ਦੇਖੇ ਵੀ ਬਹੁਤ ਬੁਰੇ ਜਿਹੇ ਹਾਲਾਤ ਹੁੰਦੇ ਹੈ, ਹੈ ਨਾ, ਉੱਥੇ ਉਹ ਕਦੇ ਵੀ ਉਹ ਬੰਦਿਆਂ ਦੀ ਸਾਂਭ ਸੰਭਾਈ ਵਗੈਰਾ ਵੀ ਨਹੀਂ ਕਰਦੇ। ਬਟ ਉਸ ਤੋਂ ਬਾਅਦ ਜਲੇਬੀਆਂ, ਇੱਥੋਂ ਤੱਕ ਕਿ ਮੈਂ ਇੱਕ ਭੋਗ 'ਤੇ ਗਿਆ, ਉੱਥੇ ਤਾਂ ਬਿਲਕੁਲ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਮੈਂ ਬਰਾਤ ਆਇਆ ਹਾਂ। ਇਸ ਤਰ੍ਹਾਂ ਸਾਰਾ ਸਿਸਟਮ, ਜਿਸ ਤਰ੍ਹਾਂ ਆਪਣੇ ਉਹ ਪਕੌੜੇ, ਡਿਸਾਂ ਵਗੈਰਾ, ਸਾਰਾ ਸਵੀਟਸ ਵਗੈਰਾ ਲਾਈਆਂ ਹੋਈਆਂ। ਮੈਂ ਯਾਰ ਕਮਾਲ ਹੈ, ਕਹਿੰਦੇ ਜੀ ਉਹ ਬੁੜੀ ਦੀ ਡੈਥ ਹੋ ਗਈ ਸੀਗੀ, ਵੀ ਉਹਦੇ ਨੂੰ ਜ਼ਮੀਨ ਆਉਂਦੀ ਸੀ ਜੀ, ਉਹਨੇ ਫਿਰ ਕੀ ਕਰਨਾ ਸੀ ਜੀ, ਐਂ ਲਾ ਤਾ। ਮੈਂ ਕਿਹਾ ਯਾਰ ਇੱਦਾਂ ਇਹਦੇ ਲਾਉਣ ਦਾ ਕੀ ਫਾਇਦਾ। ਵੇਖੋ, ਜਿਹੜਾ ਵੀ ਬੰਦਾ ਮਰਦਾ ਉਹ ਆਪਾਂ ਨੂੰ ਹਰੇਕ ਬੰਦੇ ਦੇ ਦਿਲ 'ਚ ਫੀਲ ਹੁੰਦਾ, ਦੁੱਖ ਹੁੰਦਾ, ਆਪਾਂ ਉਹਨੂੰ ਦੂਜੇ ਪਾਸੇ ਕਨਵਰਟ ਕਰ ਲਿਆ, ਹੈ ਨਾ। ਜਲੇਬੀਆਂ ਦਾ ਜਾਂ ਇਹਦਾ ਕੀ ਮਤਲਬ ਰਹਿ ਗਿਆ ਵੀ ਸਿੱਧਾ ਸਾਦਾ, ਜਿਸ ਤਰ੍ਹਾਂ ਆਪਣਾ ਦਾਲ ਫੁਲਕਾ ਚਲੋ ਚੱਲਿਆ ਬੰਦਾ ਆਉਂਦਾ ਹੈ, ਉਹਦਾ ਓਨਾ ਕੁ ਉਹ ਆਪਾਂ ਨੂੰ ਕਰਨਾ ਪੈਂਦਾ। ਬਟ ਇਹ ਫਜ਼ੂਲ ਖਰਚੀ ਹੈ, ਬਾਅਦ 'ਚ ਫਿਰ ਹਿਸਾਬ ਕਰਨ ਬਹਿੰਦੇ ਆ। ਕਈ ਪਰਿਵਾਰ ਮੈਂ ਦੇਖਿਆ ਵੀ ਅਲੱਗ ਅਲੱਗ ਹੁੰਦੇ ਆ, ਦੋ ਭਰਾ ਜਾਂ ਚਾਰ, ਉਹ ਕਹਿੰਦੇ ਵੀ ਬੁੜੇ ਦਾ ਜਾਂ ਬੁੜੀ ਦਾ ਮਰਨਾ ਕਰਿਆ, ਵੀ ਹੁਣ ਪਿੱਛੋਂ ਵੰਡਣ ਪਿੱਛੇ ਲੜਦੇ ਆ ਵੀ 3 ਲੱਖ ਲੱਗ ਗਿਆ, 4 ਲੱਖ ਲੱਗ ਗਿਆ ਜੀ, ਇੰਨਾ ਮੈਨੂੰ ਇਹ ਮੇਰੇ ਹਿੱਸੇ 'ਚ ਵੱਧ ਆ ਗਿਆ, ਹੈ ਨਾ। ਫਿਰ ਕੋਈ ਕੁੜੀਆਂ ਵਿੱਚ ਲੜਦੀਆਂ ਵੀ, ਮੈਂ ਕਹਿੰਦਾ ਇਹੋ ਜਿਹੀਆਂ ਚੀਜ਼ਾਂ ਤੋਂ ਆਪਾਂ ਨੂੰ ਬਚਣਾ ਚਾਹੀਦਾ। ਅਗਰ ਆਪਣੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।